ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਜੰਡਿਆਲਾ 'ਚ 17 ਬੈਲ ਜਾਨਵਰ ਦਾ ਸੰਦਿਗਧ ਪਰਿਸਥਿਤੀਆਂ 'ਚ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਸ ਇਲਾਕੇ 'ਚ ਵੱਖ ਵੱਖ ਪਿੰਡਾਂ 'ਚ ਇੱਕ ਅਚਾਨਕ 17 ਬੈਲ ਮਰੇ ਹੋਏ ਪਾਏ ਗਏ, ਜਿਸ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਸਾਨੂੰ ਸਵੇਰੇ ਅਰਲੀ ਮਾਰਨਿੰਗ ਇਨਫੋਰਮੇਸ਼ਨ ਮਿਲੀ ਹੈ ਅਰਾਊਂਡ 9 ਵਜੇ ਕਿ ਜਿਹੜੇ ਬਲਦ ਸੀਗੇ ਇੱਥੇ ਮਾਲੋਵਾਲ ਪਿੰਡ ਦੀ ਵੱਲੋਂ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੁਛ ਬਲਦ ਜਿਹੜੇ ਹੈਗੇ ਆ ਮਰੇ ਹੋਏ ਇੱਥੇ ਦੇਖੇ ਗਏ। ਸਰ ਪਿੰਡ ਦੇ ਲੋਕਾਂ ਨੇ ਦੇਖੇ, ਮੌਕੇ 'ਤੇ ਆ ਕੇ ਜੋ ਅਸੀਂ ਦੇਖਿਆ ਰਹੇ ਜਿਹੜੇ ਕਿ 6 ਬਲਦ ਜਿਹੜੇ ਹੈਗੇ ਸੀ ਮਰੇ ਹੋਏ ਪਿੰਡ ਦੇ ਲਾਗੇ ਸੁੱਟੇ ਪਏ ਹੋਏ ਸੀਗੇ। ਇਸ ਤੋਂ ਬਾਅਦ ਨਾਲ ਹੀ ਇਨਫੋਰਮੇਸ਼ਨ ਮਿਲੀ ਕਿ ਫਤਿਹਪੁਰ ਰਾਜਪੂਤਾਂ ਆਪਣੇ ਚੌਹਾਨ ਟ੍ਰੇਨ ਅਤੇ ਦੇਵੀਦਾਸਪੁਰੇ ਉੱਥੇ ਵੀ ਕੁਝ ਬਲਦ ਜਿਹੜੇ ਹੈਗੇ ਸੀ ਸੇਮ ਹੀ ਮਰੇ ਹੋਏ ਜਿਹੜੇ ਸੁੱਟੇ ਹੋਏ ਸੀਗੇ। ਇਹਦੀ ਜਦੋਂ ਇਨਫੋਰਮੇਸ਼ਨ ਮਿਲੀ ਸਾਰੀ ਸੀਨੀਅਰ ਅਫਸਰਾਂ ਦਾ ਧਿਆਨ ਵਿੱਚ ਲੈ ਗਈ, ਸਿਵਲ ਅਥਾਰਟੀ ਦੇ ਧਿਆਨ ਵਿੱਚ ਲੈ ਗਈ। ਉਸ ਤੋਂ ਬਾਅਦ ਜਿਹੜੇ ਡਾਕਟਰਸ ਹੈਗੇ ਉਹਨਾਂ ਨੇ ਆ ਕੇ ਇੱਥੇ ਪੋਸਟਮਾਰਟਮ ਕੀਤੇ ਅਤੇ ਜਿਹੜੇ ਕੀ ਪਰਚਾ ਦਰਜ ਹੋਇਆ ਜੀ? ਪਰਚਾ ਜਿਹੜਾ ਹੈਗਾ 429 IPC ਦਾ, ਜਿਹੜਾ ਹੈਗਾ ਕਰੂਐਲਟੀ ਅਗੇਂਸਟ ਐਨੀਮਲਸ ਦਾ ਹੁੰਦਾ ਉਹ ਦਰਜ ਕੀਤਾ ਹੈ ਅਤੇ ਨਾਲ ਜਿਹੜਾ ਕਾਓ ਸਲੋਟਰ ਐਕਟ ਹੈਗਾ ਉਹਦੇ ਪਰਚਾ ਦਰਜ। ਕੀ ਲੱਗਦਾ ਜੀ ਮੁੱਢਲੀ ਤਫਤੀਸ਼ 'ਚ ਕੀ ਸਾਹਮਣੇ ਆਇਆ ਕਿ ਕਿਵੇਂ ਹੋਇਆ ਹੋਊਗਾ, ਕਿ ਇਹਨਾਂ ਨੂੰ ਮਾਰਿਆ ਗਿਆ ਹੋਏਗਾ ਜਾਂ ਨੈਚੁਰਲ ਮੌਤ ਹੋਏਗੀ? ਜਿਹੜਾ ਜੋ ਡਾਕਟਰਸ ਨੇ ਇਨੀਸ਼ਲੀ ਗੱਲ ਦੱਸੀ ਉਹਨਾਂ ਨੇ ਇਹੀ ਦੱਸੀ ਕਿ ਇਹਨਾਂ ਡੈਥ 1-2 ਦਿਨ ਪਹਿਲਾਂ ਦੀ ਹੋਈ ਹੋਈ ਹੈ, ਕੱਲ੍ਹ ਦਾ ਨਹੀਂ ਹੈ ਅਤੇ ਇਹਨਾਂ ਨੂੰ ਪਹਿਲਾਂ ਹਾਰ ਕੇ ਹੀ ਇੱਥੇ ਸੁੱਟਿਆ ਗਿਆ। ਬਾਕੀ ਤਫਤੀਸ਼ ਜਿਹੜੀ ਹੈ ਜਾਰੀ ਹੈ, ਜੋ ਵੀ ਤਫਤੀਸ਼ 'ਚ ਸਾਹਮਣੇ ਆਏਗਾ ਤੁਹਾਨੂੰ ਦੱਸੇਗੀ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।